ਪੰਜਾਬ ਵਿੱਚ ਅੱਜ ਰੈਲੀਆਂ ਦਾ ਮੰਗਲਵਾਰ ਬਠਿੰਡਾ ਵਿੱਚ ਕਾਂਗਰਸ ਤਾਂ ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਆਮ ਆਦਮੀ ਪਾਰਟੀ ਸੂਬਾ ਭਰ ਵਿੱਚ ਕਰੇਗੀ ਮੁਜ਼ਾਰੇ ਤਾਂ ਪੰਥਕ ਧਿਰਾਂ ਨੇ ਵੀ ਬਰਗਾੜੀ ਵਿੱਚ ਸੱਦਿਆ ਇਕੱਠ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਪਟਿਆਲਾ ਵਿੱਚ 6ਵੀਂ ਸਦਭਾਵਨਾ ਰੈਲੀ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪਾਰਟੀ ਵੱਲੋਂ ਥਾਂ ਥਾਂ ਤੇ ਲਾਏ ਗਏ ਨੇ ਬੈਨਰ ਤੇ ਹੋਰਡਿੰਗਸ ਤਿਆਰੀਆਂ ਮੁਕੰਮਲ ਸੁਰੱਖਿਆ ਦੇ ਵੀ ਹਰ ਪੱਖੋਂ ਸਖਤ ਇੰਤਜ਼ਾਮ ਅਕਾਲੀ ਦਲ ਦਾ ਦਾਅਵਾ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਗੇ ਲੋਕ ਅਕਾਲੀ ਦਲ ਦੇ ਗੜ੍ਹ ਬਠਿੰਡਾ ਵਿੱਚ ਅੱਜ ਹੋਏਗੀ ਕਾਂਗਰਸ ਦੀ ਰੈਲੀ ਰੈਲੀ ਦੀਆਂ ਤਿਆਰੀਆਂ ਪੂਰੀਆਂ ਪੰਜਾਬ ਕਾਂਗਰਸ ਦੀ ਕਮਾਨ ਮਿਲਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਭਰਨਗੇ ਹੁੰਕਾਰ ਪੰਜਾਬ ਕਾਂਗਰਸ ਦਾ ਦਾਅਵਾ ਉਹਨਾਂ ਦੀ ਰੈਲੀ ਅਕਾਲੀ ਦਲ ਦੀ ਰੈਲੀ ਨਾਲੋਂ ਹੋਏਗੀ ਬਹੁਤ ਵੱਡੀ ਸੁਖਬੀਰ ਬਾਦਲ ਦੀ ਚੁਣੌਤੀ ਤੇ ਕੈਪਟਨ ਕਰ ਰਹੇ ਨੇ ਰੈਲੀ ਸੂਬੇ ਦੀਆਂ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੇ ਵਿਚਕਾਰ ਅੱਜ ਆਮ ਆਦਮੀ ਪਾਰਟੀ ਵੀ ਦਿਖਾਏਗੀ ਜ਼ੋਰ ਕਿਸਾਨਾਂ ਦੇ ਮੁੱਦੇ ਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੂਬਾ ਭਰ ਵਿੱਚ ਹੋਵੇਗਾ ਪਾਰਟੀ ਦਾ ਪ੍ਰਦਰਸ਼ਨ ਅਕਾਲੀ ਦਲ ਤੇ ਕਾਂਗਰਸ ਦੀਆਂ ਰੈਲੀਆਂ ਦਰਮਿਆਨ ਸਿਮਰਨਜੀਤ ਸਿੰਘ ਮਾਨ ਵੀ ਸਿਆਸੀ ਹਾਜ਼ਰੀ ਲਾਉਣ ਦੀ ਕੋਸ਼ਿਸ਼ ਵਿੱਚ ਅੱਜ ਸਿੱਖ ਸੰਗਤ ਨੂੰ ਬਰਗਾੜੀ ਵਿੱਚ ਇਕੱਠੇ ਹੋਣ ਦਾ ਦਿੱਤਾ ਸੱਦਾ ਬਰਗਾੜੀ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕਰਨਗੇ ਮੰਗ ਪਾਰਲੀਮੈਂਟ ਵਿੱਚ ਗੂੰਜਿਆ ਅਬੋਹਰ ਕਾਂਡ ਵਿਰੋਧੀਆਂ ਨੇ ਪੰਜਾਬ ਦੇ ਕਾਨੂੰਨ ਪ੍ਰਬੰਧਾਂ ਤੇ ਚੁੱਕੇ ਸਵਾਲ ਅਬੋਹਰ ਕਾਂਡ ਮਾਮਲੇ ਦੀ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਕੀਤੀ ਨਿੰਦਾ ਸਾਂਪਲਾ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨਾਲ ਕਰਨਗੇ ਮੁਲਾਕਾਤ ਪੰਜਾਬ ਪੁਲਿਸ ਦੇ ਸਾਬਕਾ ਕੈਟ ਰਹੇ ਗੁਰਮੀਤ ਪਿੰਕੀ ਨੇ ਕੀਤਾ ਇੱਕ ਹੋਰ ਖੁਲਾਸਾ ਸਾਬਕਾ DGP ਸੁਮੇਧ ਸੈਣੀ ਤੇ ਦੋ ਹੋਰਾਂ ਖਿਲਾਫ਼ 50 ਲੱਖ ਦੀ ਧੋਖਾਧੜੀ ਦੀ ਕਰਵਾਈ ਸ਼ਿਕਾਇਤ ਦਰਜ ਨੌਕਰੀ ਬਹਾਲੀ ਲਈ ਪੈਸੇ ਲੈਣ ਦੇ ਇਲਜ਼ਾਮ DGP ਸੈਣੀ ਨਾਲ ਨਹੀਂ ਹੋ ਸਕਿਆ ਸੰਪਰਕ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਲੰਬੇ ਸਮੇਂ ਤੋਂ ਬਾਅਦ ਹੋਈ 5 ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਦੀ ਮੀਟਿੰਗ ਅਰਦਾਸ ਮਾਮਲੇ ਵਿੱਚ ਦੁਬਈ ਦੀ ਗੁਰਦੁਆਰਾ ਕਮੇਟੀ ਨੂੰ ਮਾਫ਼ ਕੀਤੇ ਜਾਣ ਤੇ ਅਗਲੀ ਇਕੱਤਰਤਾ ਵਿੱਚ ਹੋਵੇਗਾ ਵਿਚਾਰ SGPC ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਨ ਵਾਲੇ ਲੋਕਾਂ ਦੀ ਮੰਗੀ ਜਾਣਕਾਰੀ ਘਰ ਘਰ ਜਾ ਕੇ ਜਾਂਚ ਕਰੇਗੀ SGPC ਹਿਮਾਚਲ ਪ੍ਰਦੇਸ਼ ਵਿੱਚ ਪੰਚਾਇਤ ਚੋਣਾਂ ਲਈ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ 15 ਤੋਂ 17 ਦਸੰਬਰ ਤੱਕ ਦਾਖਲ ਕੀਤੇ ਜਾ ਸਕਣਗੇ ਨਾਮਜ਼ਦਗੀ ਪਰਚੇ 18 ਦਸੰਬਰ ਨੂੰ ਹੋਵੇਗੀ ਨਾਮਜ਼ਦਗੀਆਂ ਦੀ ਸਮੀਖਿਆ 21 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਨੇ ਆਪਣਾ ਅਸਰ ਦਿਖਾਉਣਾ ਕੀਤਾ ਸ਼ੁਰੂ ਦਿੱਲੀ ਵਿੱਚ ਸੋਮਵਾਰ ਨੂੰ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹਰਿਆਣਾ ਪੰਜਾਬ ਰਾਜਸਥਾਨ ਤੇ UP ਵਿੱਚ ਚੱਲ ਰਹੀਆਂ ਨੇ ਬਰਫੀਲੀਆਂ ਹਵਾਵਾਂ ਤਾਂ ਲੇਹ ਤੇ ਕਾਰਗਿਲ ਵਿੱਚ ਤਾਪਮਾਨ -12 ਡਿਗਰੀ ਤੋਂ ਪਹੁੰਚਿਆ ਥੱਲੇ ਧੁੰਦ ਕਰਕੇ ਉੱਤਰੀ ਭਾਰਤ ਵਿੱਚ ਟ੍ਰੇਨਾਂ ਵੀ ਚੱਲ ਰਹੀਆਂ ਨੇ ਦੇਰੀ ਨਾਲ